ਤੁਸੀਂ WhatsApp ਤੇ ਹੈਗੇ ਸਿੱਧਾ ਕਹਿ ਨੰਬਰ ਚਾਹੀਦਾ ਜੇ ਮਿਲ ਜੇ ਤਾਂ ਵਧੀਆ ਗੱਲ ਨਹੀਂ ਮਿਲਣਾ ਮਾਨੂੰ ਕਿੱਥੋਂ ਸ਼ੌਂਕ ਪਿਆ ਗਾਣਾ ਚ ਰੈਪ ਮੇਰਾ ਮਤਲਬ ਰੈਪ ਕਰਨ ਦਾ ਰੈਪ ਤਾਂ ਅਸਲ ਵਿੱਚ ਟਾਈਮ ਪਾਸ ਹੀ ਕਰਦਾ ਅਸਲੀ ਪੈਸ਼ਨ ਤੇ ਮੇਰਾ ਫਿਲਮ ਮੇਕਿੰਗ ਦਾ ਉਹ ਯਾਰ ਮੈਂ ਮਿਲਿਆ ਆਪਦੇ ਹਸਬੰਡ ਨੂੰ ਮੇਰੇ ਕੋਲ ਨੰਬਰ ਸੇਵ ਆਦਾ ਗੱਲ ਕਰਾਂ ਆ ਜਾ ਮੂਡ ਸੈੱਟ ਕਰੀਏ ਜ਼ਰਾ ਬਹੁਤ 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 ਭੂਤ ਨਹੀਂ ਹੈ ਇਹ ਗੂਗਲ ਮਿਨੀ ਹੈ ਇਹਨੂੰ ਜੋ ਵੀ ਇੰਗਲਿਸ਼ ਚ ਪੁੱਛੋ ਇਹ ਪਲਟ ਕੇ ਜਵਾਬ ਦੇ ਦਿੰਦਾ ਐਡ ਮੈਂ ਤਾਂ ਅਮਰੀਕਾ ਹੀ ਰਹਿਣਾ ਚਾਹੁੰਦਾ ਅਮਰੀਕਾ ਰਹੇਗਾ ਕੱਲਾ ਤੂੰ ਡਰਦਾ ਮਾਰਾ ਕਮਰੇ ਤਾਂ ਗਨ ਮੈਨੂੰ ਲੈ ਕੇ ਪੈਂਦਾ ਹੌਸਲਾ ਰੱਖ ਯਾਰ ਤੇਰੀ ਗਣ ਦੀ ਵੀਡੀਓ ਕਰ ਰਿਹਾ ਆਡੀਓ ਭੇਜ ਦੀ ਉਹ ਤੱਕ ਮੈਂ ਸਕਰੀਨ ਤੇ ਤਿਆਰ ਕਰਦਾ ਇੰਨੇ ਪੈਸੇ ਲਵਾ ਤੇ ਜਾਣਾ ਫੇਰ ਬਾਹਰ ਪੈ ਰਿਹਾ ਉਹ ਵੀ ਪਤਾ ਨੀ ਜਾਇਆ ਜਾਊਗਾ ਕਿ ਨਹੀਂ ਜਾਇਆ ਜਾਊਗਾ ਆਫਰ ਲੈਟਰ ਆ ਗਿਆ ਮੇਰਾ ਆਸਟ੍ਰੇਲੀਆ ਯੂਨੀਵਰਸਿਟੀ ਦਾ ਸੱਚੀ ਹਾਂ ਸਦਕੇ ਜਾਵਾਂ ਆਪਣੇ ਪੁੱਤ ਦੇ ਮੁਬਾਰਕਾਂ ਪੁੱਤ ਬਹੁਤ ਬਹੁਤ ਫੇਰ ਤਾਂ ਹੋ ਗਿਆ ਬਾਹਰ ਵਾਲਾ ਨਹੀਂ ਹਲੇ ਵੀਜ਼ਾ ਲੱਗਣਾ ਬਾਕੀ ਆ ਅੱਛਾ ਚੱਲ ਜਿਹੜੀ ਚੀਜ਼ ਲੱਗੀ ਹੋਈ ਆ ਆਪਾਂ ਉਹਦਾ ਤਾਂ ਫਾਇਦਾ ਲਈਏ ਜਿੰਨਾ ਚਿਰ ਕੁੰਡੀ ਲੱਗੀ ਹੋਈ ਹੈ ਨਾ ਘਰ ਦੇ ਸਾਰੇ ਦਰਵਾਜ਼ੇ ਖੋਲ੍ਹ ਕੇ ਪੂਰਾ ਘਰ ਠੰਡਾ ਠੰਡਾ ਕਰ ਦੇਣਾ ਓਹੋ ਨਿਕਲ ਜਾ ਹੋ ਮੁਬਾਰਕਾਂ ਵੀ ਸ਼ੇਰਾ ਤੁਹਾਨੂੰ ਵੀ ਡੈਡੀ ਜੀ ਬਹੁਤ ਬਹੁਤ ਮੁਬਾਰਕਾਂ ਪਰ ਪਤਾ ਨਹੀਂ ਵੀਜ਼ਾ ਹਲੇ ਲੱਗੂਗਾ ਕਿ ਨਹੀਂ ਉਹ ਲੱਗੂ ਕਿਉਂ ਨਹੀਂ ਲੱਗੂ ਸੱਤ ਬੈਂਡ ਵਾਲੇ ਨੇ ਤਾਂ ਮੰਗਲ ਗ੍ਰਹਿ ਵਾਲੀ ਵੀਜ਼ਾ ਦੇ ਦੇਣਾ ਬਾਕੀ ਗੱਡੀ ਵਿਕੀ ਆਪਣੀ 2 ਲੱਖ ਦੀ ਉਹਦੇ 'ਚ ਤੇਰੀ ਜਹਾਜ਼ ਦੀ ਟਿਕਟ ਤੇਰੇ ਕੱਪੜੇ ਅਤੇ ਨਾਲ ਜਿਹੜੇ ਤੂੰ ਪੈਸੇ ਲੈ ਕੇ ਜਾਣੇ ਆ ਉਹ ਤਾਂ ਸਰਜੂ ਹਾਂ ਉਹਦੇ ਤਾਂ ਸਰਜੂ ਪਰ ਫੀਸ ਤਾਂ ਜੀ ਆਈ ਸੀ ਉਹਦੇ ਲਈ ਤੂੰ ਐਜੂਕੇਸ਼ਨ ਲੋਨ ਕਰਾਤਾ ਰਿਹਾ ਬੈਂਕ ਤਾਂ ਸਿਰਫ 60% ਭਰਦਾ ਨਾ ਬਾਕੀ 16 ਤੋਂ 6 ਲੱਖ ਤਾਂ ਆਪਾਂ ਨੂੰ ਆਪਣੀ ਸੇਵਿੰਗ 'ਚ ਭਰਨੇ ਪੈਣੇ ਆ ਸੇਵਿੰਗ ਉਹ ਕਿਹੜੀ ਸੇਵਿੰਗ ਜਿਹੜੇ 4 ਪੈਸੇ ਪੱਲੇ ਸੀ ਤੇਰੀ ਭੈਣ ਦੇ ਵਿਆਹ 'ਤੇ ਲਾ ਤੇ ਡੈਡੀ ਲੋਕਡਾਊਨ 'ਚ ਤੁਸੀਂ ਵਿਆਹ ਕੀਤਾ ਗਿਣ ਕੇ 15 ਬੰਦੇ ਆਏ ਸੀ ਉਹਨੂੰ ਦਾਲ ਦੇ ਮਿਕਸ ਵਿੱਚ ਖਾ ਕੇ ਤੋੜਤਾ 4 ਸੂਟ ਦਿੱਤੇ ਭੈਣ ਰੋਟੀ ਜੀ ਅਲਮਾਰੀ ਬਸ ਇੰਨੀ ਕੁ ਸੇਵਿੰਗ ਸੀ ਅਤੇ ਫਿਰ ਚੋ ਤੇਰੇ ਦੀ ਚੱਕੀ ਚੱਲਦੀ ਹੈ ਟਰਾਲੇ ਨਹੀਂ ਉਹ ਪਰ ਮੈਂ ਤਾਂ ਚਲਾਉਣੇ ਆ ਚੱਲ ਘਬਰਾ ਨਾ ਤੂੰ ਖੜਾ ਤੇਰਾ ਪਿਓ ਕੁੰਡੀ ਕੋਲ ਜਦੋਂ ਟੈਂਕੀ ਭਰ ਗਈ ਦੱਸ ਦੇ ਮੈਂ ਕੁੰਡੀ ਲਾ ਦੂੰ ਕੱਲ ਗਵਾਂਢੀ ਫੜੇ ਗਏ ਅਗਲੇ ਠੋਕ ਕੇ ਜੁਰਮਾਨਾ ਪਾਇਆ ਤੇ ਗਾਲਾਂ ਅੱਡ ਕੱਢੀਆਂ ਓਹੋ ਗਰਮੀ ਨੇ ਤਾਂ ਪਾਣੀ ਪਾਣੀ ਕਰਤਾ ਭਾਗਵਾਨੇ ਆ ਨਿੰਬੂ ਪਾਣੀ ਤਾਂ ਬਣਾ ਦੇ ਚੁੱਪ ਕਰਕੇ ਠੰਡਾ ਪਾਣੀ ਪੀ ਲਓ ਕਿਉਂ ਕਿਉਂ ਦਾ ਕੀ ਮਤਲਬ ਨਿੰਬੂ 120 ਰੁਪਏ ਕਿਲੋ ਹੋ ਗਏ ਮੁੰਡੇ ਨੂੰ ਬਾਹਰ ਭੇਜਣਾ ਕਿ ਨਹੀਂ ਓਏ ਮੁੰਡਾ ਬਾਹਰ ਭੇਜਣਾ ਹੈ ਬਿਹਾਰ ਨਹੀਂ ਉਹ ਫਿਰ ਬੂੰਦ ਬੂੰਦ ਨਾਲ ਹੀ ਸਾਗਰ ਭਰਦਾ ਜਦੋਂ ਭਰ ਗਿਆ ਤਾਂ ਦੱਸ ਦਿਓ ਮੈਂ ਵਿੱਚ ਡੁੱਬ ਕੇ ਮਰ ਜੂੰ ਹਾਏ ਮੇਰਾ ਪੁੱਤ ਕਿਹੋ ਜਿਹੀਆਂ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਕਰਦਾ ਤੂੰ ਹਾਂ ਉਹ ਪੁੱਠੀਆਂ ਸਿੱਧੀਆਂ ਗੱਲਾਂ ਤਾਂ ਤੂੰ ਕਰਦੀ ਹੈ ਨਾ ਇਹ 100-200 ਰੁਪਇਆ ਬਚਾ ਕੇ ਇਹ ਜਹਾਜ਼ ਚੜ ਜਾਓ ਨਾ ਹੁਣ ਤੁਸੀਂ ਕੀ ਚਾਹੁੰਦੇ ਮੈਂ ਆਪਣੇ ਗਹਿਣੇ ਵੇਚ ਦਾਂ ਸਾਢੇ 4 ਲੱਖ ਆ ਗਿਆ 1.5 ਰਹਿ ਗਿਆ ਬਸ ਕਾਕਾ ਜੀ ਸਾਡੀ ਵੀ ਹੁਣ ਬੱਸ ਚਲੋ ਤੁਹਾਡੀ ਬੱਸ ਹੈ ਪਰ ਚਾਚਾ ਤਾਂ ਲਈ ਬੱਸ 'ਚ ਹੈ ਨਾ ਉਹ ਹੈਗਾ ਨਹੀਂ ਸੀ ਸਵੀਟੀ ਦਾ ਲੈਣੀ ਸੀ ਗੀਤ ਭੁੱਲ ਗਿਆ ਜਦੋਂ ਉਹ ਲਾ ਕੇ ਗੀਤ ਚਾਚਾ ਮਾਮਿਆਂ ਦੇ ਸਿਰਾਂ 'ਤੇ ਨਹੀਂ ਉੱਡਿਆ ਵਾਲਾ ਉਹਦੇ ਵੱਲ ਉਂਗਲਾਂ ਕਰ ਕਰਕੇ ਨੱਚਦਾ ਸੀ ਉਹਦੇ ਜਿਹੜੇ ਹੁਣ ਡੀਜਲੇ ਨੇ ਗਾਣਾ ਲਾਤਾ ਯਾਰ ਦੋਸਤ ਨਾਲ ਸੀ ਹੱਥ ਪੈਰ ਮਾਰਨੇ ਪੈ ਗਏ ਮੁੰਡਾ ਤਾਂ ਇੱਜ਼ਤ ਹੀ ਬਹੁਤ ਕਰਦਾ ਤੇਰੀ
ਕਹਿੰਦਾ ਬਾਹਰ ਜਾ ਕੇ ਪਹਿਲਾਂ ਚਾਚਾ ਜੀ ਨੂੰ ਫੋਨ ਭੇਜਣਾ ਹੈ। ਹਾਂ ਹਾਂ ਲੈ ਆਈਫੋਨ ਭੇਜੂਗਾ, ਪਰ ਪਹਿਲਾਂ ਆਪਾਂ ਥੋੜੇ ਪੈਸੇ ਇਕੱਠੇ ਕਰਕੇ ਮੁੰਡਾ ਤਾਂ ਬਾਹਰ ਭੇਜ ਦਈਏ। ਚਲੋ ਕੋਈ ਗੱਲ ਨੀ ਬਾਈ। ਮੰਮੀ ਮਾਮਾ ਜੀ ਪਲੀਜ਼ ਪਲੀਜ਼ ਆਫਰ ਲੈਟਰ ਆਫਰ ਲੈਟਰ ਤਾਂ ਬਾ ਹੁਣੇ ਜੀ ਆਇਆ ਜੀ। ਜੀ ਤੁਹਾਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਵੀਰੇ। ਬੈਂਡ ਆਣੇ ਕਿਉਂ ਨਹੀਂ ਸੀ? ਗੁੜਤੀ ਜੋ ਤੁਸੀਂ ਦਿੱਤੀ ਸੀ ਹੈ ਉਹ ਮੈਂ ਕਹਿੰਦੀ ਸੀ ਵੀਰ ਇਹਦੇ ਬਾਹਰ ਜਾਣ ਲਈ ਥੋੜੇ ਜਿਹੇ ਪੈਸੇ ਵੀ ਦੇ ਦਿੰਦੇ। ਤੁਹਾਨੂੰ ਤੇ ਪਤਾ ਕਿ ਸਵੀਟੀ ਦੇ ਵਿਆਹ ਤੇ ਕਿੰਨਾ ਖਰਚਾ ਹੋ ਗਿਆ। ਚੱਲ ਚੰਗਾ ਵੀਰ ਰੱਖਦੀ ਆ ਮੈਂ। ਹੈ ਦੇਖਿਆ ਇਹਨੂੰ ਕਹਿੰਦੇ ਨੇ ਭਰਾ। ਮੈਂ ਮਾੜਾ ਜਿਹਾ ਮੂੰਹ ਹਿਲਾਇਆ ਸੀ, 20,000 ਰੁਪਇਆ ਦੇਣ ਨੂੰ ਮੰਨ ਗਿਆ। ਹਾਂ ਭੈਣ 1.5 ਲੱਖ ਰੁਪਇਆ ਚਾਹੀਦਾ ਸੀ। ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ ਨਾ? ਜੀਜਾ ਜਿਹੜਾ ਲਾਟਰੀ 'ਚ 2 ਲੱਖ ਰੁਪਇਆ ਜਿੱਤਿਆ ਸੀ ਉਹ ਸਾਰਾ ਹੀ ਜੂਏ 'ਚ ਹਾਰ ਗਿਆ। ਤੁਹਾਨੂੰ ਵੀ ਆਵਾਜ਼ ਨਹੀਂ ਆ ਰਹੀ? ਹੈਲੋ 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 ਗੱਲ ਸੁਣੋ, ਕੱਖ ਨਹੀਂ ਦੇਣਾ ਇਹਨਾਂ ਨੇ, ਕੁਛ ਹੋਰ ਸੋਚੋ। ਹਾਂ ਸੱਚ, ਕੁੰਡੀ ਲਾਏ ਤੁਸੀਂ? ਲਾਇਆ ਸੀ ਆਹੋ। ਲੈ ਮੈਨੂੰ ਦੱਸ ਤਾਂ ਦਿੰਦੇ, ਮੈਂ ਉੱਤੇ ਏਸੀ ਚੱਲਦਾ ਛੱਡਿਆ ਈ। ਉਹ ਫਿਰ ਕੁੰਡੀ ਲਾਈ ਦਾ ਫਾਇਦਾ ਕੀ ਹੋਇਆ? ਉਨੀ ਬੀਰੀ ਦਾ ਫੇਰ ਖਾ ਗਿਆ ਹੋਣਾ। ਸਿਆਪਾ ਹੀ ਮਕਾਓ ਏਸੀ ਦਾ, ਛੱਤ ਤੇ ਮੱਛਰਦਾਨੀ ਲਾ ਕੇ ਸੋਇਆ ਕਰਾਂਗੇ। ਆ ਚਲ ਆ ਵੀ ਠੀਕ ਹੈ ਫਿਰ। ਏਸੀ ਭੇਜ ਦੋ ਫਿਰ। ਵੈਸੇ ਡੈਡੀ ਗਰਮੀ ਗਰਮੀ ਆਪਣਾ ਗੀਜ਼ਰ ਵੀ ਇੰਡੀਆ ਤਰੱਕੀ ਹੋਣ ਖੜਾ ਹੀ ਆ, ਉਹ ਵੀ ਵੇਚਦੀ ਹੈ। ਮੰਮੀ ਘੁੰਮ ਘੁੰਮ ਭਾਗ ਕੇ ਤੁਸੀਂ ਫੋਨ 'ਤੇ ਵੀ ਦੇਖ ਲਿਆ ਕਰੋਗੇ ਹੈ ਨਾ? ਰਾਹ ਲੈ ਕੇ ਜਾ ਰਿਹਾ ਮੈਂ। ਕਿਉਂ? ਐਕਚੁਅਲੀ ਪੈਸੇ ਪਾਰਟੀ ਹੈ ਘਰੇ। ਘਰ ਛੋਟਾ ਇੰਦਰ ਦਾ ਨਹੀਂ ਆ ਗਿਆ? ਬਾਪੂ ਤੇਰਾ ਰਹਿੰਦਾ ਵੀ ਗੁੱਸੇ 'ਚ ਹੈ। ਓ ਛੋਟਾ ਇੰਦਰ ਨਹੀਂ, ਤੁਹਾਡੇ ਇੰਦਰ ਦਾ ਆਫਰ ਲੈਟਰ ਆ ਗਿਆ। ਸੱਚੀ? ਸੱਚੀ। ਓ ਬੱਲੇ ਮੁਬਾਰਕਾਂ ਮੁਬਾਰਕਾਂ। ਓ ਯਾਰ ਤੂੰ ਜਿਹੜਾ ਕੁਛ ਮਰਜ਼ੀ ਲੈ ਜਾ, ਸਭ ਕੁਛ ਤੇਰੀ ਹੈ। ਆਈ ਬਹੁਤ ਹੈ ਯਾਰ, ਤੂੰ ਮੇਰਾ ਤੌਲੀਆ ਚੱਕ। ਬੱਲੇ ਥੋੜਾ ਸਿਰਾ ਲਾਤਾ ਯਾਰ। ਓ ਇਹਨੂੰ ਵੀ ਲੈ ਜਾ ਓਏ, ਇਹ ਵੀ ਵਿਹਲੀ ਹੈ। ਤੂੰ ਕਿਹੜਾ ਸੜਾ ਤਾਰ ਤੇ ਤੁਰਦਾ? ਪਰ ਹਾਂ ਪਾਰਟੀ ਤੇ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਣਾ ਪਊ। ਲੈ ਤੁਹਾਨੂੰ ਮੈਂ ਘਰੇ ਛੋਟੀ ਮੋਟੀ ਪਾਰਟੀ ਥੋੜੀ ਦਊਂਗਾ, ਆਪਾਂ ਤਾਂ ਪ੍ਰੋਮਿਸ ਸ਼ਿਮਲੇ ਚੱਲਾਂਗੇ। ਉਹ ਹਾਂ ਸੱਚ ਯਾਰ, ਪਹਿਲਾਂ ਵੀ ਰਹਿ ਗਿਆ ਸੀ। ਲੈ ਹੈਰੀ ਵੀ ਆ ਗਿਆ ਤਿਆਰ ਹੋ ਕੇ। ਕਿਉਂ ਹੈਰੀ ਜਾਣਾ ਸ਼ਿਮਲੇ ਠੰਡ 'ਚ? ਉਹ ਯਾਰ ਮੈਂ ਪੱਲਵੀ ਨੂੰ ਵੀ ਮੈਸੇਜ ਕਰਦਾ। ਨਹੀਂ ਮੈਂ ਗੁਰਲੀਨ ਦੇ ਘਰ ਜਾ ਰਿਹਾ। ਹਾਂ ਅੱਜ ਤਾਂ ਵੀ ਗੁਰਲੀਨ ਦੇ ਘਰ ਚੱਲਿਆ। ਕਿਉਂ? ਉਹਦੇ ਵਿਆਹ ਦਾ ਟੈਂਟ ਲਾਉਣ ਚੱਲੇਗਾ। ਹੈਰੀ ਯਾਰ ਕੀ ਮਿਲ ਜੂ ਗੁਰਲੀਨ ਦੇ ਘਰੇ ਜਾ ਕੇ? ਪੇਮੈਂਟ ਵਿਆਹ ਦੇ ਟੈਂਟ ਦੀ। ਬਾਈ ਯਾਰ ਫੋਨ 'ਤੇ ਮਸਲਾ ਨਿਬੇੜ ਲਓ, ਘਰੇ ਜਾਏਗਾ ਤਾਂ ਗੱਲ ਹੋਰ ਵੱਧ ਜਾਣੀ ਆ। ਗੱਲ ਤਾਂ ਰੋਕੇ ਤੱਕ ਵੱਧ ਗਈ, ਹੋਰ ਕਿੰਨੀ ਕੁ ਵਧੂਗੀ? ਨਾਲੇ ਫੋਨ 'ਤੇ ਤਾਂ ਮਸਲਾ ਤਾਂ ਨਿਬੜੇ ਜੇ ਫੋਨ ਚੱਕੇ ਹੋ ਮੇਰਾ। ਬਾਈ ਕਿਸੇ ਨੌ ਨੰਬਰ ਤੋਂ ਟਰਾਈ ਕਰਕੇ ਦੇਖ ਲਓ, ਪੱਕਾ ਚੱਕ ਲੂਗੀ। ਉਹ ਜਵਾਕ ਨਹੀਂ ਹੈਗੀ ਉਹ। ਐਗਜੈਕਟਲੀ ਬਾਈ ਜਵਾਕ ਨਹੀਂ ਹੈਗੀ। ਤੈਨੂੰ ਕੀ ਲੱਗਦਾ ਤੂੰ ਉਹਦੇ ਘਰੇ ਜਾਏਗਾ ਤਾਂ ਤੇਰਾ ਬੁੱਕੇ ਲੈ ਕੇ ਸਵਾਗਤ ਕਰੂਗੀ? ਆਓ ਹੈਰੀ ਜੀ ਆਓ, ਵੈਲਕਮ, ਮਿਹਰਬਾਨੀ ਆਉਣ ਲਈ। ਹੋਰ ਤੂੰ ਕੀ ਚਾਹੁੰਦਾ? ਅਪੋਲੋਜੀ ਲੈਟਰ ਲਿਖਾਉਣ? ਮੈਂ ਆਈ ਬੈਕ ਟੂ ਸੇ ਦੈਟ ਆਈ ਐਮ ਵੈਰੀ ਸੌਰੀ ਫਾਰ ਮਾਈ ਐਕਸ਼ਨ, ਪਲੀਜ਼ ਫੋਰਗਿਵ ਮੀ। ਸਹੀ ਹੈ ਮਤਲਬ ਅੰਗਰੇਜ਼ੀ ਸਹੀ ਹੈ ਬਈ? ਆਪਾਂ ਮੇਰੀ ਮੈਮ ਨੂੰ ਇਹ ਦੇਖੀਏ, ਤੁਹਾਡੇ ਵਿਆਹ 'ਤੇ ਗੱਲ ਕਰ ਲੂਗੀ ਗੁਰਲੀਨ? ਉਹ ਕਰੂਗੀ ਗੱਲ, ਸਾਰਾ ਸਿਆਪਾ ਤਾਂ ਉਹਨੀ ਪਾਇਆ। ਕਰ ਲੂਗੀ, ਜੋ ਤੇਰੀ ਲੜਾਈ ਪਈ ਤੀ ਉਦੋਂ ਵੀ ਤਾਂ ਇੰਦਰ ਦੇ ਕਹਿੰਦੇ ਗੱਲ ਕਰੀ ਹੋ ਸੀ। ਓਕੇ ਵੀਰੇ ਮੈਂ ਚੱਲਦਾ। ਰੋਕੋ ਕਿਹੜੀ ਗੱਲ? ਕੀਤੀ ਸੀ ਬਾਈ ਗੱਲ ਤਾਂ ਉਹ ਯਾਰ ਜਦੋਂ ਤੂੰ ਮੇਰ ਮੈਮ ਨੂੰ ਆਪਣੇ
ਕਾਲਜ ਬਾਰੇ ਦੱਸਿਆ ਸੀ ਹਾਂ ਹਾਂ ਜਦੋਂ ਮੈਂ ਫਿਰ ਮੈਨੂੰ ਕਾਲਜ ਬਾਰੇ ਦੱਸਿਆ ਸੀ ਤਾਂ ਫਿਰ ਤਾਂ ਉਹਨੇ ਦੱਸਿਆ ਵੀ ਹਨੀ ਜੀ ਕਿ ਗੁਰਲੀਨ ਦੀ ਸਹੇਲੀ ਵਿੱਚ ਪੜਦੀ ਆ ਦੱਸਿਆ ਕਿ ਉੱਥੇ ਗੁਰਲੀਨ ਦਾ ਸੇਲਾ ਗੁਰਲੀਨ ਦੀ ਸਹੇਲੀ ਉਸੇ ਕਾਲਜ 'ਚ ਪੜਦੀ ਆ ਤੂੰ ਕਿਹਾ ਸੀ ਵੀ ਗੁਰਲੀਨ ਆ ਗਿਆ ਯਾਦ ਆ ਗਿਆ ਮੈਂ ਮੇਰੇ ਨੂੰ ਕਿਹਾ ਮੇਰੀ ਗੱਲ ਗੁਰਲੀਨ ਨਾਲ ਕਰਾ ਦੋ ਗੁਰਲੀਨ ਨਾਲ ਕਰਾ ਲਓਗੀ ਤਾਂ ਸਹੇਲੀ ਨਾਲ ਗੱਲ ਕਰਾ ਲਓਗੀ ਸਹੇਲੀ ਪੜ੍ਹਾਈ ਹੈਲਪ ਕਰਾ ਲਓਗੀ ਤਾਂ ਚੱਲ ਪਈ ਮੇਰੇ ਟੈਕੀ ਬੈਠੇ ਕਿ ਸਕੋਲਰਸ਼ਿਪ ਮਿਲ ਗਈ ਸਕੋਲਰਸ਼ਿਪ ਪੈਸੇ ਆ ਕੇ ਬਾਹਰ ਆ ਜਾਣਾ ਮੈਂ ਫਿਰ ਬਸ ਬਸ ਉਮੀਦ ਦੇ ਕਹਿੰਦੇ ਅੱਜ ਫਿਰ ਗੱਲ ਕਰ ਲੂ ਬਾਈ ਮੇਰੇ ਕਹਿਣ ਤੇ ਕਰ ਲੂਗੀ ਉਹ ਪਰ ਯਾਰ ਮੈਨੂੰ ਉਹ ਤੋਂ ਕੋਈ ਉਮੀਦ ਨਹੀਂ ਉਮੀਦ ਤਾਂ ਮੈਨੂੰ ਵੀ ਨਹੀਂ ਇੱਧਰ ਪਰ ਉਮੀਦ ਤੇ ਦੁਨੀਆ ਕਹਿੰਦੇ ਹਾਂ ਕਹਿੰਦੇ ਨੇ ਕਿ ਹਿੰਮਤ ਕਰਨ ਵਾਲੋਂ ਕੀ ਕਦੇ ਹਾਰ ਨਹੀਂ ਹੁੰਦੀ ਹਿੰਮਤ ਤੇ ਮਰਦਾ ਮਾਦੇ ਖੁਦਾ ਹਿੰਮਤ ਸੰਧੂ ਹੋ ਸਾਡੀ ਬਾਈਲੀਆਂ ਦੇ ਵਾਂਗ ਟੇ ਸਟਰਗਲਿੰਗ ਦੇ ਆ ਸੇਮ ਦੇਖ ਬਈ ਆਪਾਂ ਇੱਕ ਵਾਰੀ ਮੇਰੇ ਨਾਲ ਗੱਲ ਕਰਕੇ ਦੇਖ ਲੈਨੇ ਆ ਜੇ ਤੂੰ ਨੇ ਗੁਰਲੀਨ ਨਾਲ ਗੱਲ ਕਰ ਲਈ ਤਾਂ ਠੀਕ ਹੈ ਨਹੀਂ ਤੂੰ ਜੋ ਕਰਨਾ ਹੋਇਆ ਉਹ ਕਰ ਲੈ ਠੀਕ ਹੈ 2 ਮਿੰਟ ਚ ਇੰਸਟੀਟਿਊਟ ਜਾਣ ਵਾਸਤੇ ਤਿਆਰ ਹੋ ਜਾਓ ਸਮਝ ਗਏ ਹਾਂ ਹਾਂ ਬਈ ਹੋ ਗਏ ਬਸ ਤੇ ਜੇ ਨਾ ਹੋਏ ਨਾ ਮੈਂ ਚੱਲਾਂ ਗੁਰਲੀਨ ਦੇ ਘਰੇ ਹੋ ਗਏ ਬਈ ਬਸ ਮੈਂ ਨਾਲ ਜਾ ਕੇ ਪਾਲਾ ਤੂੰ ਤਾਂ ਨਹਾਤੇ ਹੀ ਮੈਂ ਹੁਣ ਨੀਂਦ ਮੈਨੂੰ ਨਾ ਆਵੇ ਇੱਕ ਗੱਲ ਜੋ ਰੋਜ਼ ਸਤਾਵੇ ਬੇਬੇ ਬਾਪੂ ਨੇ ਚਾਹੁੰਦੇ ਮੁੰਡਾ ਸੈੱਟ ਸਾਡਾ ਹੋ ਜਾਵੇ ਵੇਲਣ ਦਾ ਲਾਉਣਾ ਟੈਗ ਕਰੂ ਹੈਲਪ ਮੈਂ ਪੂ ਫਲੈਗ ਚੱਕਵੀਂ ਜੀ ਸੈਲਫੀ ਪਾਉਣੀ ਫੜ ਟੈਰਾਂ ਵਾਲਾ ਬੈਗ ਇੱਕੋ ਥਾਂ ਅੜੀ ਗਰਾਰੀ ਚੜ ਕੇ ਜਹਾਜ ਦੀ ਬਾਰੀ ਲੈਣੀ ਛੇਤੀ ਪੀ ਯਾਰ ਇੱਥੇ ਕੋਈ ਨੀ ਲੈਂਦਾ ਸਾਰ ਯਾਰ ਚੱਲੇ ਬਾਹਰ ਨਾਲੇ ਮਿਲਿਆ ਨੀ ਰੁਜ਼ਗਾਰ ਯਾਰ ਚੱਲੇ ਬਾਹਰ ਰਿਸ਼ਤੇਦਾਰ ਖਾਂਦੇ ਖਾਰ ਸੁਣਨਾ ਨੀ ਬਾਰ ਬਾਰ ਉਹ ਤਾਈਓ ਯਾਰ ਚੱਲੇ ਬਾਹਰ ਬਾਰਵੀਂ ਫੇਲ ਕੀ ਹਾਲ ਨੇ ਰੌਣੀ ਬਾਈ ਨੇ ਮੈਨੂੰ ਸਭ ਦੱਸਤਾ ਕਿ ਉਸ ਦਿਨ ਬੜੀਆਂ ਗੱਲਾਂ ਮਾਰੀਆਂ ਤੁਸੀਂ ਬਹੁਤ ਤਾਰੀਫ਼ ਕਰ ਰਹੇ ਸੀ ਤੇਰੀ ਕਹਿੰਦੇ ਬਹੁਤ ਚੰਗਾ ਮੁੰਡਾ ਇਹਨੂੰ ਦੁਬਾਰੇ ਲੈ ਕੇ ਆਈ ਅਤੇ ਬਾਰਵੀਂ ਫੇਲ ਤਾਂ ਮੈਂ ਮਜ਼ਾਕ 'ਚ ਕਹਿ ਰਿਹਾ ਸੀ ਆਪਾਂ ਯਾਦ ਵੀ ਇੰਦਰੀ ਨਾ ਯੂਨਿਟੀ ਬਣਾ ਕੇ ਰੱਖਣੀ ਹੈ ਅੱਤਾ ਬ੍ਰਦਰ ਉੱਪਰ ਤਾਂ ਛੱਤ ਹੈ ਯਾਰ ਮੇਰਾ ਮਤਲਬ ਹੈ ਕੀ ਹਾਲ ਹੈ ਹਾਲ ਤਾਂ ਠੀਕ ਠੀਕ ਹੀ ਨੇ ਤੇਰੇ ਗਾਣੇ ਵਾਂਗੂ ਜੇ ਇੰਨਾ ਮਾੜਾ ਲੱਗਦਾ ਨਾ ਕਰ ਵੀਡੀਓ ਉਹ ਜਸਟ ਕਿਡਿੰਗ ਬ੍ਰੋ ਮੈਂ ਤਾਂ ਸੋਚਦਾ ਵੀਡੀਓ ਦੇ ਨਾਲ ਨਾਲ ਤੇਰੇ ਗਾਣੇ 'ਚ ਰੈਪ ਵੀ ਕਰਾਂ ਬਾਲੀ ਮਾੜੀ ਸੋਚ ਯਾਰ ਤੇਰੀ ਨਾ ਉਹ ਸੁਣ ਤਾਂ ਲੈ ਬੜਾ ਘੈਂਟ ਤਿਆਰ ਕਰਿਆ ਯਾ ਆਹਾ ਛੇ ਛੇ ਕਿਉਂ ਬੱਤ ਜੇ ਲਈ ਜਾਂਦਾ ਯਾਰ ਹਾਲ ਤਾਂ ਦੇਖ ਲੈ ਕੀ ਹੈ ਓ ਮਾਈ ਬੈਡ ਕੀ ਨਾਂ ਹੈ ਮੁੰਡੇ ਦਾ ਦੀਦੀ ਮਿੰਟੂ ਮੁੰਡਾ ਬਹੁਤ ਸੋਹਣਾ ਸੱਚੀ ਹਾਂ ਜੋੜੀ ਬਹੁਤ ਜਚੂਗੀ ਥੈਂਕ ਯੂ ਮੈਨੂੰ ਵੀ ਦਿਖਾ ਨਿਮਰਤ ਇਹ ਜਿਹਾ ਕਿਹੜਾ ਜ਼ੈਨ ਮਲਿਕ ਲੱਭਿਆ ਤੇਰੇ ਘਰਦਿਆਂ ਨੇ ਨਾ ਜ਼ੈਨ ਨਾ ਮਲਿਕ ਮੁੰਡਾ ਸਿੱਖ ਹੈ ਦੀਦੀ ਇਹ ਮੁੰਡੇ ਦੇ ਡੈਡੀ ਨੇ ਨਹੀਂ ਨਹੀਂ ਇਹੀ ਮੁੰਡਾ ਸੀਰੀਅਸਲੀ ਕੀ ਹੋ ਗਿਆ ਉਹ ਯਾਰ ਤਾਂ ਮੈਨੂੰ ਪੁੱਛਣਾ ਚਾਹੀਦਾ ਕਿ ਤੈਨੂੰ ਕੀ ਹੋ ਗਿਆ ਯਾਰ ਇਹ ਜਿਹੜਾ ਮੈਂ ਸੈਲਫੀ ਨਾ ਕਰਾਵਾਂ ਤੂੰ ਵਿਆਹ ਕਰਾਏਂਗੀ ਕਿਉਂ ਪ੍ਰੋਬਲਮ ਕੀ ਆ ਮਿੰਟੂ ਠੀਕ ਤਾਂ ਹੈ ਯਾਰ ਆਹੀ ਤਾਂ ਪ੍ਰੋਬਲਮ ਆ ਕਿ ਬਸ ਠੀਕ ਆ ਤੇਰੇ ਮੁਕਾਬਲੇ ਕੁਛ ਨਹੀਂ ਆ ਉਹ ਤਾਂ ਨਾਮ ਵੀ ਕੀ ਆ ਮਿੰਟੂ ਕੀ ਖਰਾਬੀ ਹੈ ਨਾਮ 'ਚ ਨਾਲੇ 6 ਫੁੱਟ ਕੱਦ ਆ ਮੈਂ ਤੋਂ ਵੱਧ ਪੜ੍ਹਿਆ ਲਿਖਿਆ ਯਾਰ ਪੜ੍ਹੇ ਲਿਖੇ ਦਾ ਕੀ ਕਰਨਾ ਬਾਹਰ ਜਾ ਕੇ ਤਾਂ ਟਰਕੀ ਚਲਾਉਣਾ ਤੇ ਰਹੀ ਗੱਲ 6 ਫੁੱਟ ਦੀ ਇੱਦਾਂ ਤਾਂ ਕਲੀ 7 ਫੁੱਟ ਦਾ ਉਹਨਾਂ ਕਰਾ ਲਾ ਵਿਆ ਅਗਲੇ ਦਾ ਕਦ ਵੀ ਵੱਡਾ ਤੇ ਪੱਦ ਵੀ ਪੱਲ ਵੀ ਕਿਹਾ ਮੈਂ ਤੁਹਾਨੂੰ ਕੀ ਸੁਣਿਆ ਗੰਦੀਆਂ ਪੱਲ ਵੀ ਜੀ ਮੈਂ ਪੁੱਛਣਾ ਸੀ ਨਿਕਲੇ ਫਿਰ ਆਪਾਂ ਸ਼ੋਅ ਸ਼ੁਰੂ ਹੋਣ ਵਾਲਾ ਹੈ ਮੈਂ ਨਹੀਂ ਜਾਣਾ ਕਿਉਂ ਨਹੀਂ ਜਾਣਾ ਮੰਨਿਆ ਕਾਰਨਰ ਟਿਕਟਾਂ ਨਹੀਂ ਮਿਲੀਆਂ ਆਪਾਂ ਮੂਵੀ ਦੇਖ ਲਾਂਗੇ ਮੈਨੂੰ ਕੋਈ ਜ਼ਰੂਰੀ ਕੰਮ ਆ ਮੇਰੇ ਕੰਮ ਬਾਰੇ ਵੀ ਸੋਚ ਲਿਆ ਕਰ ਕਦੇ ਕੀ ਕਿਹਾ ਮੇਰੇ ਕੰਮ ਬਾਰੇ ਵੀ ਸੋਚ ਲਿਆ ਕਰ ਕਦੇ ਜਿਹੜੇ ਤੇਰੇ ਕਰਕੇ ਛੱਡੀ ਫਿਰਦਾ ਮੈਂ ਯਾਰ ਜਾ ਕੇ ਚਲਾ ਲੈ ਜਿਹੜਾ ਟਰੱਕ ਸਾਈਡ ਤੇ ਲਾ ਕੇ ਆਇਆ ਪਰ ਮੈਨੂੰ ਮੇਰਾ ਦਿਮਾਗ ਚਲਾਉਣ ਦੇ
ऑफर लेटर बड़ी छेती आया सर, है ना? बस हुण एक्सेप्टेंस लेटर भी छेती आ जाना, फीस भरती तेरी। थैंक यू सर। फीस इकट्ठी कर लेंगे, बड़ी दिक्कत नहीं आई। नहीं 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 आएगी। एक ना अपना मेडिकल करवा के रखी, एक्सेप्टेंस लेटर दे आउंदे ही आपां तेरी फाइल ला देंगे। जी कम इन सर। हाँ जी। सत श्री अकाल जी। तुहाडे एक टीचर खिलाफ कंप्लेन दर्ज हुई है। टीचर? किहड़ी टीचर? मेहरजोत कौर। उन्हां दे हसबैंड अरमान का कहना है कि वह किसी होर नाल व्याह करा रहे हैं, तो इंडिया छड़ के जाने की तैयारी च ने। कंप्लेन रजिस्टर हो चुकी है, सीधा सीधा 420 का केस बनता है, इसलिए उन्होंने गिरफ्तार करना है। तेरी भैन पुलिस? जे जे ओए सर, मैं कुछ नहीं किया ब्रो। एंड सिस्टर्स, ਤੁਸੀਂ ਇੱਦਾਂ ਇਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਕੰਪਲੇਂਟ ਦੇ ਬੇਸ 'ਤੇ ਤੁਸੀਂ ਕਿਸੇ ਨਾਲ ਪੁੱਛ ਗਿੱਛ ਕਰ ਸਕਦੇ ਹੋ, ਅਰੈਸਟ ਕਰਨ ਲਈ ਤੁਹਾਨੂੰ ਐਫ ਆਈ ਆਰ ਚਾਹੀਦੀ ਹੈ। ਅੱਛਾ, ਤਾਂ ਹੁਣ ਤੂੰ ਸਾਨੂੰ ਦੱਸੇਗਾ ਡਿਊਟੀ ਕਿਵੇਂ ਕਰੀ ਦੀ ਹੈ? ਸਰ ਮੈਂ ਨਹੀਂ ਲਾਅ ਦੱਸਦਾ, ਅਤੇ ਪੇਸ਼ੇ ਤੋਂ ਮੈਂ ਵੀ ਇੱਕ ਲਾਇਰ ਹਾਂ। ਦਿਸ ਇਜ਼ ਮਾਈ ਬਾਰ ਕਾਉਂਸਲ ਕਾਰਡ। ਕੋਈ ਨਹੀਂ, ਐਫ ਆਈ ਆਰ ਵੀ ਹੋ ਜਾਊ। ਠੀਕ ਹੈ, ਫਿਰ ਉਦੋਂ ਅਰੈਸਟ ਕਰ ਲਿਓ। ਤੋਂ 6 ਮਹੀਨੇ ਪਹਿਲਾਂ ਮੇਹਰ ਮੇਰੇ ਕੋਲ ਪੀ ਆਰ ਦੀ ਫਾਈਲ ਲਾਉਣ ਲਈ ਆਈ ਸੀ। ਇਹਨਾਂ ਦਾ ਸਾਰਾ ਕੁਝ ਸਹੀ ਸੀ, ਸੀ ਆਰ ਐਸ ਸਕੋਰ, ਬੈਂਡ, ਐਕਸਪੀਰੀਅੰਸ ਵੀ ਫੀਲਡ ਦੇ ਅਕੋਰਡਿੰਗ ਸੀ, ਪਰ ਮੈਡਮ ਕੋਲ ਫਾਈਲ ਲਾਉਣ ਲਈ ਰਿਸੋਰਸ ਨਹੀਂ ਸੀ। ਜਦ ਮੈਂ ਇਹਨਾਂ ਨੂੰ ਫੈਮਿਲੀ ਕੋਲੋਂ ਹੈਲਪ ਲੈਣ ਲਈ ਕਿਹਾ, ਤਾਂ ਮੈਡਮ ਨੇ ਮੈਨੂੰ ਪੀ ਆਰ ਲਾਉਣ ਦਾ ਅਸਲ ਕਾਰਨ ਦੱਸਿਆ। 2 ਸਾਲ ਪਹਿਲਾਂ ਮੇਰਾ ਅਰਮਾਨ ਨਾਲ ਵਿਆਹ ਹੋਇਆ ਸੀ, ਅਤੇ ਸ਼ੁਰੂ ਸ਼ੁਰੂ 'ਚ ਤਾਂ ਸਭ ਠੀਕ ਸੀ, ਪਰ ਬਾਅਦ 'ਚ ਕੁਝ ਇਹੋ ਜਿਹੀਆਂ ਗੱਲਾਂ ਹੋਈਆਂ ਕਿ ਅਰਮਾਨ ਅਤੇ ਉਹਦੀ ਫੈਮਿਲੀ ਨੇ ਮੈਨੂੰ ਬੁਲਾਉਣਾ ਬੰਦ ਕਰਤਾ। 4 ਮਹੀਨੇ ਮੈਨੂੰ ਘਰ 'ਚ ਕਿਸੇ ਨੇ ਨਹੀਂ ਬੁਲਾਇਆ, ਤਾਂ ਹਾਰ ਕੇ ਮੈਂ ਮੋਮ ਡੈਡ ਕੋਲ ਵਾਪਸ ਆ ਗਈ, ਜੋ ਕਿ ਉਹ ਬਿਲਕੁਲ ਨਹੀਂ ਚਾਹੁੰਦੇ ਸੀ। ਉਹਨਾਂ ਨੇ ਘਰ 'ਚ ਰਹਿਣ ਲਈ ਤਾਂ ਜਗ੍ਹਾ ਦੇ ਦਿੱਤੀ, ਪਰ ਦਿਲ 'ਚ ਨਹੀਂ ਦਿੱਤੀ। ਅਤੇ ਬਸ ਫਿਰ ਮੈਂ ਪੱਲਿਓ ਮੈਡਮ ਦੀ ਪੀ ਆਰ ਦੀ ਫੀਸ ਭਰਤੀ, ਅਤੇ ਬਦਲੇ ਚੋਰੇ ਉਹ ਜੋਬ ਕਰਨ ਲੱਗ ਗਏ। ਅਤੇ ਅੱਜ ਜੋ ਵੀ ਹੋਇਆ, ਸ਼ਾਇਦ ਇਹੀ ਰੀਜ਼ਨ ਸੀ ਕਿ ਮੈਡਮ ਨੇ ਮੈਨੂੰ ਆਪਣੀ ਮੈਰਿਜ ਵਾਲੀ ਗੱਲ ਸੀਕ੍ਰੈਟ ਰੱਖਣ ਲਈ ਕਿਹਾ ਸੀ। ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਇਹ ਗੱਲ ਉਹਦੇ ਹਸਬੈਂਡ ਤੱਕ ਕਿਵੇਂ ਪਹੁੰਚੀ। ਮੈਂ ਅਰਮਾਨ ਕੌਣ? ਮੈਂ ਮੇਹਰ ਦਾ ਹਸਬੈਂਡ।
ਕਿਹੜੀ ਮਿਹਰ ਦਾ? ਮਿਹਰਜੋਤ ਕੌਰ ਦਾ ਜਿਹਦੇ ਕਰ ਲਈ ਹੈ ਉਸਨੇ? ਆਹੋ ਆਹੋ ਜਿਹੜੀ ਉਹ ਆਇਲਸ ਪੜ੍ਹਾਉਂਦੀ ਹੈ। ਹਾਂ ਜਿਹਨੇ ਕੈਨੇਡਾ ਦੀ ਪੀਆਰ ਦੀ ਫਾਈਲ ਵੀ ਲਾਈ ਹੋਈ ਹੈ। ਹਾਂ ਹਾਂ ਲਾਈ ਹੋਈ ਹੈ। ਕੀ ਗੱਲ? ਹੈਲੋ ਕੀ ਬਾਏ? ਹੈਲੋ ਹੈਲੋ ਕੀ ਹੋਇਆ ਅੰਦਰ? ਕੀ ਸਰ? ਨਹੀਂ ਮੈਂ ਸੋਚ ਰਿਹਾ ਸੀ ਵੀ ਜੇ ਮੈਂ ਸਰ ਸੋਚ ਰਿਹਾ ਜੇ ਮੈਮ 'ਤੇ ਐੱਫ ਆਈ ਆਰ ਹੋ ਗਈ ਤਾਂ ਉਹਨਾਂ ਦਾ ਪੀ ਆਰ ਵਾਲਾ ਕੰਮ ਤਾਂ ਔਖਾ ਹੋ ਜਾਣਾ। ਤਾਂ ਸਰ ਤੁਸੀਂ ਕਿਸੇ ਤਰੀਕੇ ਸਮਝਾ ਦਿਓ ਉਹਨਾਂ ਨੂੰ ਕਿ ਹਸਬੈਂਡ ਨਾਲ ਰਾਜ਼ੀਨਾਮਾ ਕਰ ਲੈਣਾ ਆਪਣੇ ਅਤੇ ਐਂਟੀਸਪੈਟਰੀ ਬੇਲ ਵੀ ਲੈ ਲੈਣਾ। ਆਈ ਥਿੰਕ ਇੰਦਰ ਇੱਕ ਵਕੀਲ ਹੋਣ ਦੇ ਨਾਤੇ ਮੇਰੇ ਨੂੰ ਇਹ ਗੱਲ ਤੂੰ ਸਮਝਾਵੇਂ ਤਾਂ ਵਧੀਆ। ਮੈਂ ਸਰ? ਹਾਂ ਠੀਕ ਹੈ ਸਰ, ਮੈਂ ਕਰਦਾ ਗੱਲ। ਸੋ ਹੇਅਰ ਇਜ਼ ਦ ਲਿਸਟ ਆਫ ਡਿਫਰੈਂਟ ਵੇਜ਼ ਆਫ ਐਕਸਪ੍ਰੈਸਿੰਗ ਯੋਰ ਓਪੀਨੀਅਨ। ਦ ਫਰਸਟ ਵਨ ਇਜ਼ ਟੂ ਮਾਈ ਯਾਰ ਸਮਝ ਨਹੀਂ ਆਇਆ ਮੈਮ ਨੂੰ ਪੁਲਿਸ ਕਿਉਂ ਫੜਨ ਆਈ ਸੀ? ਜਿਵੇਂ ਤੈਨੂੰ ਫੜਨ ਆਉਂਗੀ। ਮੈਂ ਕੀ ਕਰਾਂ? ਕਰਿਆ ਨਹੀਂ ਪਰ ਕਰਨ ਜਾ ਰਹੀ ਆ। ਕੀ? ਧੋਖਾ। ਕਿਹਦੇ ਨਾਲ? ਆਪਣੇ ਆਪ ਨਾਲ, ਉਹ ਚੋਲੂ ਜੀ ਨਾਲ ਵਿਆਹ ਕਰਾ ਕੇ। ਪੱਲਵੀ ਮਿੰਟੂ ਜੀ ਨੂੰ ਕੁਛ ਨਹੀਂ ਕਹਿਣਾ। ਯਾਰ ਹੋਰ ਕਿਹਨੂੰ ਕਿਹਨੂੰ ਚੁੱਪ ਕਰਾਏਂਗੇ ਤੂੰ ਨਿਮਰਤ? ਸਿਰਫ ਤੈਨੂੰ, ਕਿਉਂਕਿ ਹੋਰ ਕਿਸੇ ਨੂੰ ਤਾਂ ਮਿੰਟੂ ਤੋਂ ਕੋਈ ਪ੍ਰੋਬਲਮ ਹੈ ਹੀ ਨਹੀਂ। ਕਿਸੇ ਨੂੰ ਕੀ ਪ੍ਰੋਬਲਮ? ਵਾਟ? ਆਹੀ ਪ੍ਰੋਬਲਮ ਹੈ ਮੈਡਮ, ਮੇਰਾ ਮਤਲਬ ਢਿੱਡ 'ਚ ਵਾਟੇ ਜਿਹੇ ਪਈ ਜਾਂਦੇ ਆ। ਮੈਂ ਜਾਇਆ ਮੈਂ ਬਾਥਰੂਮ। ਓਕੇ ਗੂਗਲ, ਹਾਊ ਟੂ ਪ੍ਰੋਨੌਂਸ SCHEDULE? ਬੱਲੇ ਇੰਗਲਿਸ਼ ਦੀ ਪ੍ਰੈਕਟਿਸ ਚੱਲ ਰਹੀ ਹੈ ਪਰ। ਯੈਸ ਵੀਰੇ, ਥੈਂਕ ਯੂ ਸੋ ਮੱਚ ਫੋਰ। ਓਕੇ ਗੂਗਲ, ਵਟ ਇਜ਼ ਦ ਮੀਨਿੰਗ ਆਫ ਸੁਝਾਵ? ਸੁਝਾਵ ਮੀਨਸ ਸੁਜੈਸ਼ਨ ਇਨ ਇੰਗਲਿਸ਼। ਯੈਸ, ਥੈਂਕ ਯੂ ਸੋ ਮੱਚ ਫੋਰ ਸੁਜੈਸ਼ਨ। ਕੋਈ ਇਸ਼ੂ ਨਹੀਂ, ਬਸ ਹੁਣ ਘਬਰਾਉਣਾ ਨਹੀਂ, ਇਹ ਤਾਂ ਲੱਗੀ ਰਿਹਾ ਕਰ, ਤੇਰੇ 7 ਬੈਂਡ ਪੱਕੇ। 7 ਬੈਂਡ ਪੱਕੇ ਕਿਉਂ ਨਹੀਂ ਸਕਦੇ? ਇੰਪਰੂਵਮੈਂਟ ਦਿਖ ਨਹੀਂ ਰਹੀ? ਇੱਥੇ ਹੀ ਦਿਖ ਰਹੀ ਆ, ਐਗਜ਼ਾਮਿਨਰ ਮੂਹਰੇ ਨਹੀਂ ਦਿਖਣੀ। ਕਿਉਂ? ਕਿਉਂਕਿ ਇਹ ਉਹਦੇ ਵਾਂਗੂ ਅੱਖਾਂ ਨਹੀਂ ਨਾ ਕੱਢਦਾ। ਨਾਲੇ ਜਿਹੜੀ ਗੱਲ ਫੇਸ ਟੂ ਫੇਸ ਸਪੀਕਿੰਗ ਦੇ ਕੇ ਬਣਦੀ ਹੈ ਨਾ, ਉਹ ਗੱਲ ਆਈ ਨਹੀਂ ਬਣਦੀ। ਹਾਂਜੀ ਵੀਰੇ, ਉਵੇਂ ਗੱਲ ਤਾਂ ਨਹੀਂ ਬਣਦੀ। ਉਵੇਂ ਗੱਲ ਨਹੀਂ ਬਣਦੀ? ਉਵੇਂ ਗੱਲ, ਹਾਂ ਉਵੇਂ ਗੱਲ ਤੇ ਬਣੂ ਉਵੇਂ ਗੱਲ। ਉਹ ਕਰ, ਮੈਂ ਲੈਪਟਾਪ ਲੈ ਕੇ ਆਇਆ ਯਾਰਾ। ਥੈਂਕ ਯੂ ਬਾਬੇ। ਓਹੋ ਕਰਮ ਜੀ, ਬੜੇ ਜੱਚੇ ਫਿਰ ਰਹੇ ਹੋ। ਜੱਜ ਨੇ ਤਾਂ ਪਹਿਣਾ, ਸਾਡੇ 7 ਬੈਂਡ ਵਾਲੀ ਕੁੜੀ ਵੀ ਤਾਂ ਫਸਾਉਣੀ ਹੈ। ਓ ਹੈਲੋ, ਜ਼ੁਬਾਨ ਸੰਭਾਲ ਕੇ ਠੀਕ ਹੈ। ਨਿਮਰਤ ਤੇ ਮੈਂ ਜਸਟ ਫਰੈਂਡਸ ਹਾਂ। ਨਿਮਰਤ ਦੀ ਗੱਲ ਤਾਂ ਕਰੀ ਨਹੀਂ ਮੈਂ, ਵੈਸੇ 7.5 ਬੈਂਡ ਮੇਰੇ ਵੀ ਆ ਸਕਦੇ ਹੈ। ਇਦਾਂ ਕਹਿਣ ਨੂੰ ਤਾਂ ਫਿਰ ਮੇਰੇ ਵੀ 7.5 ਹੋ ਸਕਦੇ। ਟੋਟਲ 9 ਬੈਂਡ ਹੁੰਦੇ ਨੇ। ਖੈਰ ਤੇਰੀ ਜਸਟ ਫਰੈਂਡ ਨੇ ਤੈਨੂੰ ਦੱਸਿਆ ਨਹੀਂ ਕਿ ਉਹ ਜਸਟ ਇੰਗੇਜਡ ਹੋਣ ਲੱਗੀ ਆ? ਕੀ? ਆ ਖੁਸ਼ ਨਹੀਂ ਆਈ ਆਪਣੀ ਜਸਟ ਫਰੈਂਡ ਦੀ ਰੋਕੇ ਦੀ ਗੱਲ ਸੁਣ ਕੇ? ਨਹੀਂ, ਮੇਰਾ ਮਤਲਬ ਨਹੀਂ, ਮੈਂ ਖੁਸ਼ ਹਾਂ। ਨੋ ਰਾਊਂਡ? ਬਟ ਆਈ ਹੈਵ ਰਾਊਂਡ, ਕਿਉਂਕਿ ਜਿਹੜੇ ਮੁੰਡੇ ਨਾਲ ਉਹਦਾ ਰੋਕਾ ਹੋਣ ਲੱਗਿਆ ਨਾ, ਉਹ ਤਾਂ ਮੈਨੂੰ ਜਮਾਂ ਨਹੀਂ ਪਸੰਦ, ਅਤੇ ਨਾ ਹੀ ਮੈਂ ਨਿਮਰਤ ਤੋਂ ਪਸੰਦ ਰਹਿਣ ਦੇਣਾ। ਦੱਸ ਕਰੇਗਾ ਹੈਲਪ? ਲਾਸ਼ ਮੈਂ ਟਿਕਾਣੇ ਲਾ ਦੂੰ, ਮੁੰਡਾ ਤੂੰ ਮਾਰ। ਉਹ ਮੁੰਡਾ ਨਹੀਂ ਮਾਰਨਾ, ਤਾਂ ਨਿਮਰਤ ਮਾਰਨੀ ਹੈ। ਔਰ ਨਕਲ ਨਹੀਂ ਮਾਰਨੀ ਆਪਾਂ, ਪੇਪਰ ਆਪ ਕਰਾਂਗੇ। ਹਾਂ ਨਕਲ ਨਹੀਂ ਮਾਰੀ ਦੀ ਹੁੰਦੀ। ਹਾਂ ਕਰਮਾ ਇਜ਼ ਅ ਬਿਚ ਬੋਏ। ਦੇਖ ਖਬਰਦਾਰ, ਸੀ ਨਿਮਰਤ ਬਹੁਤ ਲਾਇਆ। ਨਿਮਰਤ ਦਾ ਪਤਾ ਨਹੀਂ, ਪਰ ਮੈਂ ਤੈਨੂੰ ਆਪਣੇ ਹੱਥਾਂ ਨਾਲ ਜ਼ਰੂਰ ਮਾਰ ਦੂੰ ਜੇ ਤੂੰ ਮੇਰੀ ਪੂਰੀ ਗੱਲ ਨਾ ਸੁਣੀ। ਛੇਤੀ ਦੱਸ ਜੀ। ਦੱਸਣਾ ਦੱਸਣਾ ਨਹੀਂ, ਬਸ ਹੱਸਣਾ। ਫੋਲੋ ਮੀ। All the fat girls just
stay away from me. Mainu choti diyan nara kendi munda so mean. All the fat girls just stay away from me. Mainu choti diyan nara kendi munda so mean. Bro, kida lagya rap? Bro, bau ghand hai. कुछ समझ भी आया हुई कही जाना। हाँ हाँ आ गया मुंजा शाह दस मी मतलब खाता पीता नहीं कुछ मैं कहना रिकॉर्ड कर दे कदों हुने हुने हाँ हाँ हुने चलो निकलो रो पर अभी तक क्लास खत्म भी नहीं हुई नाले मैंने तो मेरा ड्राइवर लेना होता आफ्टर क्लास ओ फिर तू इनड्राइव ते कैब बुक करके चल जा सीरियसली जे जे उनकी छोटी जी कैब ते करे जाऊगा ओ छोटी मोटी नहीं भरावा पहला तेन इनड्राइव ते गड्डियां दिखावा जरा ए आ देखो जेडे भी ड्राइवर आपां राइड ऑफर करनगे उत्थे दी कार शो होगी ਆਪਾਂ ਨਾ ਕਾਰ 'ਚੋਂ ਸਿਲੈਕਟ ਕਰਕੇ ਰਾਈਡ ਬੁੱਕ ਕਰ ਸਕਦੇ ਹਾਂ ਜਿਵੇਂ ਆਹ ਦੇਖੋ ਦੇਖ ਇੱਕ ਸਵਿਫਟ ਡਿਜ਼ਾਇਰ ਚੱਕੀ ਬੈਠਾ ਆਹ ਇੱਕ ਟਾਟਾ ਜੈਸਟ ਆਹ ਦੇਖ ਹੌਂਡਾ ਅਮੇਜ਼ ਵੀ ਹੈ ਲੈ ਏਸੈਂਟ ਚੱਕੀ ਬੈਠਾ ਇੱਕ ਉਹ ਏਸੈਂਟ ਨਹੀਂ ਐਕਸੈਂਟ ਬ੍ਰੋ ਨਾਈਸ ਐਪ ਦੋ ਮੈਂ ਵੀ ਇੰਸਟਾਲ ਕਰਦਾ ਚੱਲ ਠੀਕ ਹੈ ਫਿਰ ਆਪਾਂ ਮਿਲਦੇ ਹਾਂ ਜੇ ਜੇ ਇੱਕ ਮਿੰਟ ਗੱਲ ਸੁਣ ਯੋ ਤੇਰੇ ਡੈਡ ਤੋਂ ਪਤਾ ਕਰਕੇ ਦੱਸੇਗਾ ਕਿ ਗੁਰਲੀਨ ਦੀ ਅੰਗੇਜਮੈਂਟ ਕਦੋਂ ਆ ਸ਼ੋਰ ਬ੍ਰੋ ਇਕੱਠੇ ਚੱਲਾਂਗੇ ਕਿੱਥੇ ਅੰਗੇਜਮੈਂਟ ਤੇ सॉरी ब्रो ले आ चल पे ओमेगल किमे गल मतलब ए आ ओमेगल ओ मेरा मतलब किमे गल ओए मेरा मतलब सॉफ्टवेयर दा नाम आ ओमेगल ए ते आपा गोरे काले पीले नाल वीडियो ते इंग्लिश च गल कर सकदे आ सच्ची बस एक गल ध्यान रखो जी मैं देसी जा गया चल ओए आ बटन दबा के बजा दिया करो ठीक है ठीक है हां ओ गोरा गया मैं इंग्लिश च गल करके दूं तन्नू हाउ आर यू ब्रो आई एम गुड ब्रो यू गाइस फ्रॉम इंडिया या या इंडिया पंजाब यो व्हाई इज दिस बिच लुकिंग सो वरीड की कहता है बिच अच्छा कहना बिच दे रहा है तू ऐ गल नहीं हुंदे तो कैमरे तो बाहर जाई जानी है ओ जा हां थैंक यू फकिंग मॉर्न्स बीरे इनू क्यों भजाता इनू आपा नहीं ਆਪਾਂ ਨੂੰ ਇਹਨੇ ਭਜਾਇਆ ਕਰ ਰਹੇ ਮੇਰੇ ਨਾਲ ਗੱਲ ਇੰਦਰਾ ਉਹ ਪੁਲਿਸ ਜੀ ਆ ਗਈ ਸੀ ਨਾ ਤਾਂ ਥੋੜ੍ਹਾ ਚੱਕਰ ਪੈ ਗਿਆ ਆ ਤੁਹਾਡਾ ਫਿਆਂਸੇ ਫੈਂਸੇ ਹੀ ਬਹੁਤ ਕਰਾਈ ਫਿਰਦਾ ਜੀ ਮੂੰਹ ਤੇ ਖੈਰ ਮੁੰਡਾ ਠੀਕ ਆ ਪਰ ਆਮ ਸੇਡ ਟੂ ਸੌਰੀ ਨਹੀਂ ਮਿਲਦਾ ਜੀ ਤੁਹਾਡਾ ਸਪਾਊਸ ਵੀਜ਼ਾ ਨਹੀਂ ਲੱਗਣਾ ਕਿਉਂ ਅੰਬੈਸਡਰ ਨੇ ਕਹਿਣਾ ਵਿਆਹ ਚੱਲ ਹੀ ਹੈ ਹੁਣ ਇਹੋ ਜਿਹੇ ਮੁੰਡੇ ਨਾਲ ਇੰਨੀ ਸੋਹਣੀ ਕੁੜੀ ਦਾ ਵਿਆਹ ਹੋ ਸਕਦਾ ਕਦੇ ਵੀ ਨਹੀਂ ਨਿਮਰਤ ਜੀ ਤੁਸੀਂ ਮੰਨੋ ਚਾਹੇ ਨਾ ਪਰ ਜੇ ਕੋਈ ਇਸ ਮੁੰਡੇ ਨੂੰ ਸੋਹਣਾ ਕਹਿ ਰਿਹਾ ਹੈ ਤਾਂ ਸਿਰਫ ਤੁਹਾਡਾ ਦਿਲ ਰੱਖਣ ਨੂੰ ਕਹਿ ਸਹੀ ਗੱਲ ਹੈ ਜੇ ਤੈਨੂੰ ਓਨੈਸਟ ਓਪੀਨੀਅਨ ਚਾਹੀਦਾ ਨਾ ਫਿਰ ਸਾਹਮਣੇ ਵਾਲੇ ਨੂੰ ਦੱਸੀ ਨਾ ਕਿ ਇਹ ਤੇਰਾ ਫਿਆਂਸੇ ਆ ਫਿਰ ਅੰਦਰੋਂ ਇਹ ਗਲੂ ਅਸਲੀ ਓਪੀਨੀਅਨ ਠੀਕ ਆ ਓਕੇ ਡਨ ਫਿਰ ਸਭ ਤੋਂ ਪਹਿਲਾਂ ਆਪਾਂ ਬੁਲਾਉਂਦੇ ਆ ਸਮਨ ਨੂੰ ਹੈਲੋ ਬੇਬੀ ਪਹਿਲੀ ਗੱਲ ਤਾਂ ਮੁੰਡੇ ਨੇ ਪੱਗ ਹੀ ਨਹੀਂ ਚੱਜ ਦੀ ਬੰਨੀ ਹੋਈ ਲੋਕ 50 ਬੰਦੇ ਨੇ ਇਹ 100 ਬੰਨੀ ਫਿਰਦਾ ਤੇ ਨੱਕ ਕਿੱਡਾ ਵੱਡਾ ਮੈਨੂੰ ਲੱਗਦਾ ਇਹਦੇ ਵਿੱਚ ਸੱਚੇ ਮਿੱਚੀ ਦੇ ਚੂਹੇ ਰਹਿੰਦੇ ਹੋਣੇ ਤੇ ਬੁੱਲ ਵਰਗੇ ਬੁੱਲ ਨੇ ਤੇ ਮੁੱਛਾਂ ਬੁੜੀ ਵਰਗੀਆਂ ਉਹ ਵੈਸੇ ਹੈ ਕੌਣ ਇਸ ਨੇਡਾ ਜਾ ਰਿਸਪੈਕਟ ਨਾਲ ਗੱਲ ਕਰੋ ਤੇਰਾ ਹੁਣ ਵਾਲਾ ਜੀਜਾ ਹੈ ਮੈਂ ਚੱਲਦਾ ਉਹਦਾ ਨਿਮਰਤ ਦੀਦੀ ਜੀਜੂ ਸੋਹਣੇ ਬਹੁਤ ਨੇ ਐਗਜੈਕਟਲੀ ਮੈਂ ਕਮਿੰਗ ਮੈਮ ਕਮਿੰਗ ਅੰਦਰ ਥੈਂਕ ਯੂ ਸੋ ਮਚ ਫੋਰ ਯੂਰ ਹੈਲਪ ਟੂਡੇ ਪਲੀਜ਼ ਸਿਟ ਇਟਸ ਓਕੇ ਮੈਮ ਮੈਮ ਮੈਨੂੰ ਅਮਰਿੰਦਰ ਸਰ ਨੇ ਤੁਹਾਡੀ ਸਾਰੀ ਸਿਚੁਏਸ਼ਨ ਬਾਰੇ ਦੱਸਤਾ ਤੁਸੀਂ ਘਬਰਾਉਣਾ ਤੁਹਾਡਾ ਪੀਆਰ ਲੈ ਕੇ ਬਾਹਰ ਜਾਣਾ ਹਲੇ ਵੀ ਪੋਸੀਬਲ ਆ ਜੇ ਉਹ ਕੰਪਲੇਂਟ ਵਾਪਸ ਲੈ ਲੇ ਤਾਂ ਹਾਂਜੀ ਨਹੀਂ ਲੱਗੂਗਾ ਕਿਉਂ ਕਿਉਂਕਿ ਤੜਫਾਉਣਾ ਆਉਣੇ ਮੈਨੂੰ ਨਾ ਹੀ ਸਾਰੀ ਜ਼ਿੰਦਗੀ ਡਿਵੋਰਸ ਦੇਣਾ ਤੇ ਤੈਨੂੰ ਤਾਂ ਇੰਡੀਅਨ ਲੋਸ ਦਾ ਪਤਾ ਹੀ ਹੈ ਇਸ ਲਈ ਤਾਂ ਮੈਂ ਪੀਆਰ ਲੈ ਕੇ ਬਾਹਰ ਚੱਲੀ ਸੀ ਤਾਂ ਕਿ ਐਕਸਪਰਟ ਡਿਵੋਰਸ ਲੈ ਸਕਾਂ
मैं वैसे जिमें कंप्लेंट से कह रहे हैं कि तुसी बाहर जाके किसी और नाल ब्याह कराओगे, मतलब इस घर च कुछ नहीं लगदी। नहीं होता नहीं, जस्ट केस दे पर्सपेक्टिव तो पूछ रहा सी। नहीं, फॉल्स एलिगेशंस लगा रहे हो इंदर। थैंक यू सो मच फॉर हेल्प टुडे, यू कैन लीव नाउ। मैं तो मैं थोड़े नाल गल करनी सी एंटीसिपेटरी बेल बारे। थोड़े ते एफआईआर होगी तो तुसी अरेस्ट हो सकते हो, तो आपां नूं पहले ही बेल लेके मैं आपे मैनेज कर लांगी, तुसी जा सकदे हो। नहीं मैं मैनेज नहीं, मतलब इंदर मैं इस टॉपिक ते होल गल नहीं करनी प्लीज। अच्छा मैम, वो इंदर आर यू डेफ? कोई और गल करनी सी। बोलो। तुसी माड़ा जा गुरली नूं कॉल करके कह दो कि वो हैरी नाल गल कर ले। जस्ट गेट लॉस्ट। सॉरी मैम। दीदी गुरे वैसे ही घट गल करते कि साढ़े नाल ही नहीं कर रहे, भैड़े जे सारे भजी जाते। अस्सलाम वालेकुम। सत श्री अकाल वीरे, मलेरकोटले तो? नहीं बाजी, लाहौरों। लाहौर? हाय दीदी, सानू कितने पुलिस तो नहीं फड़ के ले जाऊगी, अजे तो इंस्टीट्यूट च फिर भी रही है। मैं दस, अमरिंदर गिल पाकिस्तान वाले नाल फिल्मा करी जांदा ते असीं गल्लां भी नहीं कर सकदे। तुसा इन्नी शरीफ कुड़ियां ओमे गलत की करदियां जी? ਇੰਨੀਆਂ ਵੀ ਸ਼ਰੀਫ ਨਹੀਂ ਹੈਗੀਆਂ ਸੀ ਦੀਦੀ। ਚੁੱਪ, ਇਹ ਵੀ ਭੱਜੂਗਾ। ਆ ਕਿਹੜੀ ਕਲਾਸ ਲਾ ਰਹੇ ਹੋ? ਆਈਐਲਟਸ। ਕਿੰਨੇ ਕੁ ਬੈਂਡ ਆਉਂਦੇ? 4.5। ਮੈਨੂੰ ਲੱਗਾ ਹੀ ਸੀ। ਤੁਹਾਡੇ ਪਾਕਿਸਤਾਨ 'ਚ ਵੀ ਹੁੰਦੀ ਹੈ? ਹੋਰ ਕੀ। ਅੱਛਾ, ਮੈਂ ਤਾਂ ਫੋਨ 'ਚ ਦੇਖਿਆ ਸੀ ਤੁਸੀਂ ਲੋਕ ਤਾਂ ਜਹਾਜ਼ਾਂ ਨਾਲ ਹੀ ਲਮਕ ਲਮਕ ਕੇ ਦੂਜੇ ਦੇਸ਼ ਵਗ ਜਾਂਦੇ ਹੋ। ਪਾਗਲ, ਅਫਗਾਨਿਸਤਾਨ ਦੀ ਵੀਡੀਓ ਆਹ, ਉਹ ਅੱਡਾ। ਵੈਸੇ ਤੁਹਾਡੇ ਵੀ ਬੇਰੁਜ਼ਗਾਰੀ ਆ। ਇੱਕੋ ਹੀ ਅੰਮੀ ਦੇ ਜਾਏ ਆ ਤੁਹਾਡੇ ਵਾਲੇ ਹਾਲ। ਕਿਹਾ ਸੀ ਨਾ ਜਦ ਕੋਈ ਦੇਸੀ ਆ ਉਸ ਕੇਪ ਦੱਬਣਾ। ਹੁਣ ਕਰੀਏ ਕੀ, ਗੋਰੇ ਤਾਂ ਰਾਜੀ ਨਹੀਂ ਸਾਡੇ ਨਾਲ ਗੱਲ ਕਰਕੇ। ਏ ਵਾਟਸ ਅਪ ਸ਼ਾਰੀਸ, ਉਹ ਜਿਹੜਾ ਗੱਲ ਕਰਕੇ ਰਾਜੀ ਤੇ ਉਹ ਕਿਉਂ ਭਜਾਤਾ ਵੀਰੇ? ਗੋਰਾ ਥੋੜਾ ਪੰਜਾਬੀ ਸੀ ਤਾਂ ਹੀ ਤਾਂ ਸਾਨੂੰ ਛੋਟੀ ਛੋਟੀ ਕਹਿ ਰਿਹਾ ਸੀ। ਨਿਮਰਤ, ਮੈਂ ਨਹੀਂ ਦਿਖਾਉਣੀ ਫੋਟੋ। ਨਹੀਂ ਫੋਟੋ ਨਹੀਂ, ਉਹ ਮੈਂ ਪੁੱਛਣਾ ਸੀ ਕਿ ਤੇਰਾ ਫਿਊਚਰ ਸਰਨੇਮ ਕੀ ਹੋਊਗਾ। ਆਈ ਗੈਸ ਸੋਹੀ। ਓ ਨਾਈਸ। ਲੱਭ ਗਈ ਓਪਨ। ਨਿਮਰਤ, ਵਿਆਹ ਤੇ ਲੈਂਗੇ ਫਿਰ ਦੋ ਹੀ ਸਵਾਲੀ ਕਿਉਂ? ਕੀ ਕਹਿੰਦੀ ਮੇਹਰ? ਹੈਰੀ ਹੈਰੀ ਗੱਲ ਸਮਝ ਦੀ, ਗੁਰਲੀਨ ਦੇ ਘਰ ਦਾ ਤਾਂ ਮੈਨੂੰ ਪਤਾ ਨਹੀਂ, ਪਰ ਤੂੰ ਕੋਈ ਇੱਥੇ ਤਮਾਸ਼ਾ ਨਾ ਕਰਾਉਣੀ ਮੇਰੇ ਤੋਂ। ਠੀਕ ਹੈ ਚੱਲ ਜਾ ਯਾਰ, ਉੱਥੇ ਜਾ ਕੇ ਗੁਰਲੀਨ ਨੂੰ ਕਹੇਗਾ ਕਿ ਇਹ ਦੱਸ ਦੇ ਬਸ। ਇਹ ਕਿ ਮੈਂ ਪੜੂੰਗਾ ਯਾਰ, ਮਿਹਨਤ ਕਰੂੰਗਾ, ਬੈਂਡ ਲੈ ਕੇ ਤਾਂ 50 ਵਾਰੀ ਇਹੀ ਗੱਲ ਕੀਤੀ ਹੈ, ਕੀ ਮਿਲ ਗਿਆ? ਛਣਛਣਾ ਕਰਾ ਗਈ ਨਾ, ਫਿਰ ਕਿਸੇ ਹੋਰ ਨਾ ਰੋਕਾ ਕਰਾਈ ਹੈ ਫਿਰ। ਜੇ ਖਾਲੀ ਹੱਥ ਜਾਵਾਂਗੇ ਤਾਂ ਖਾਲੀ ਹੱਥ ਹੀ ਮੁੜਨਾ ਪੈਣਾ, ਇਸ ਵਾਰੀ ਕਹਿ ਕੇ ਨਹੀਂ ਕਰਕੇ ਦਿਖਾਉਣਾ ਪਊਗਾ। ਆ ਦੇਖ, ਅੱਜ ਤੋਂ ਚੌਥੇ ਫਰਾਈਡੇ ਗੁਰਲੀਨ ਦੀ ਇੰਗੇਜਮੈਂਟ ਹੈ, ਮੈਂ ਜੇ ਜੇ ਤੋਂ ਪਤਾ ਕਰਾਇਆ। ਫਿਰ ਤਾਂ ਹਲੇ 20-25 ਦਿਨ ਪਏ ਨੇ। ਹੋਰ ਆਪਾਂ ਅਗਲੇ ਹਫ਼ਤੇ ਤੇਰਾ ਪੇਪਰ ਭਰ ਦਿੰਦੇ ਹਾਂ, ਇਸ ਵਾਰੀ ਪੂਰੀ ਖਿੱਚ ਕੇ ਤਿਆਰੀ ਕਰਾਂਗੇ, ਇੰਗੇਜਮੈਂਟ ਤੋਂ ਪਹਿਲਾਂ ਰਿਜ਼ਲਟ ਆ ਜਾਣਾ, ਬਸ ਫਿਰ ਗੁਰਲੀਨ ਦੇ ਘਰੇ 6.5 ਬੈਂਡਾਂ ਦੇ ਨਾਲ ਨਾਲ ਵਾਜੇ ਵੀ ਲੈ ਕੇ ਚੱਲਾਂਗੇ। ਚੱਕਰੀ ਠੀਕ ਹੈ, ਮੈਂ ਆਇਆ ਹੈ। ਓਏ ਕਰਮੇ ਦੇ ਹਿਡਨ ਫੋਲਡਰ ਤਾਂ ਨਹੀਂ ਖੋਲ੍ਹੇ ਇਹਨਾਂ ਨੇ? ਉਹ ਨਹੀਂ, ਮੈਂ ਤਾਂ ਇਹਨਾਂ ਨੂੰ ਮੇਗਲ ਖੋਲ੍ਹ ਕੇ ਦੇਖਿਆ ਸੀ। ਉਹ ਕਿਹੜਾ ਹਿਡਨ ਫੋਲਡਰਾਂ ਤੋਂ ਘੱਟ ਆ, ਉਹ ਚੱਲ ਇੰਗਲਿਸ਼ ਦੀ ਪ੍ਰੈਕਟਿਸ ਤਾਂ ਹੋ ਜਾਂਦੀ ਹੈ। ਮੈਨੂੰ ਤਾਂ ਲੱਗਦਾ ਇਹਨਾਂ ਨੇ ਕੋਈ ਹੋਰ ਹੀ ਪ੍ਰੈਕਟਿਸ ਹੁੰਦੀ ਹੈ। ਉਹ ਕੀ
की हो गया? आ ले जा बीरे, सानू ना दे दोबारा मेघन मुगल जा खोल के। गल तां दसो की हो गई? तीन चार गोरे ना शर्टा लाई बैठे सी, पूरा शर्म नहीं उन्हां नूं तां। लै तूं एडी गल ते चीक छड़ती, ओ गोरे तां सड़कां ते जाई फिरदे हुंदे ने मलैणा च। ठीक तां वधिया दीदी, जिहड़े अपने बैंड नहीं आ रहे। तां ही कहिंदे आ रब जो करदा ना चंगे लई करदा। चल चलिए बस लग जूगी। पर जे इन्हां नूं किसे ने वैनकूवर वाली रकबी च बारे दसता, इह तां पासपोर्ट पड़ के सड़ देणगीआं। पढ़ लै फिर ही पीपणियां बजनगिया। जीजू नूं गिटार भी आउंदा। वाओ जीजू नूं डकार भी आउंदा। वाह पर जीजू नूं गाना नहीं आउंदा। जिहे जा भी है थोड़े तो लग चंगा, अपनी लाइफ ते एंजॉय कर रहे हो, दूजे दे वीडियोस देख के किसे दा मजाक ते नहीं बनाउंदा। फिर मजाक बनाउंदा नहीं बनवाउंदा। देखी देखी नप्पल जा के नच रहा। बंदे दी बाहर ली ली अंदरली खूबसूरती मैटर करदी आ, ते थोड़े अंदर किन्ना गंद भरिया मैं देख लिया। अज मैम इधर मैं पहला फारसी च बोली सी। नहीं फिर तो समझ नहीं आता मैं गल नहीं करनी। मैं बस एक बार मेरी गल सुन लो तो बाद चाहे मैंने सारी उम्र ना बुलायो। नॉट अ बैड ऑफर मैम। बोलो मैम। थोड़ा मेन मुद्दा डिवोर्स फाइल करना है ना। तो अपने कोई सॉलिड ग्राउंड नहीं है जिसे बेस पे सी डिवोर्स फाइल कर सके। कोई नई गल है तो दसो। हैगी है मैम, जब आप 420 वाला केस लड़के नु जीत लेने आ तो दे बेस पे डिवोर्स फाइल कर सकते हैं। ओके मैम। सर सुप्रीम कोर्ट का कहना है कि जो थोड़ा स्पाउस थोड़े लिए गलत एलीगेशन लाउंदा है तो तुम उसके बेस पे डिवोर्स फाइल कर सकते हो। वो क्रूर डेड के अंडर गिना जाता है। तो बस आप इसे ग्राउंड से थोड़ा डिवोर्स फाइल कर देंगे। पहला होया इदा कदे? हां देखो ना मैम, 2017 च दिल्ली च हस्बैंड ने दे डिवोर्स लिया सी ते हुण आप लवांगे। केस लड़ेगा मेरा? हां जी। आर यू श्योर? टॉपर है यूनिवर्सिटी का। इंद्र तू सच्ची केस लड़ रहे मेरे दा? हाँ जी सर। सोच ले। ए चे सोचने वाली केड़ी गल है? सोच लिया। फिर फीस रिफंड करा दूं तेरी? ऑस्ट्रेलिया तो जाने है, फीस क्यों रिफंड करनी है सर? नाले कहना केस लड़ना है फिर लंबा चल जाना। नहीं जान देवांगे सर, तुसी प्रोसेस कंटिन्यू रखो। जे चल गए फिर? फिर देख लेंगे जी, करा लेंगे फीस रिफंड। पूरी फीस होने रिफंड हो सकती है जब वीजा रिजेक्ट होने तो बाद, पर जब वीजा आ गया फिर नहीं होना। तो तेनों साड़ी सक्सेस रेट पता ही है, इसे करके कहना। थोड़ा ठंडे दिमाग ना सोच ले। देखी जाओगी सर जो होता है। एपीसोड लाइक ते कमेंट करके जरूर दस्यो। साडा नेक्स्ट एपीसोड आ रहा है 23 जुलाई नूं, सो ट्रोल जाबी नूं कर लो सबसक्राइब। ते हां हुण तुसीं अपनी मनपसंद दी कार एज ए कैब चूज कर सकदे हो। डाउनलोड करो इन ड्राइवर ऐप, लिंक डिस्क्रिप्शन दित्ता होया है। थैंक यू सो मच।